ਲੋਕ ਸਭਾ ਮੈਂਬਰ ਨੇ ਗੁਰਜੀਤ ਸਿੰਘ ਔਜਲਾ, ਉਹਨਾਂ ਨੇ ਇਲਜ਼ਾਮ ਲਗਾਏ ਨੇ ਕਿ ਸਮਾਰਟ ਸਿਟੀ ਫੰਡ 'ਚ ਘੁਟਾਲਾ ਹੋਇਆ। ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦੈਨਿਕ ਜਾਗਰਣ ਅਖਬਾਰ ਦੇ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਕਿਹਾ ਕਿ ਸਮਾਰਟ ਸਿਟੀ ਫੰਡ 'ਚ ਘੁਟਾਲਾ, ਪੰਜਾਬ 'ਚ ਕਰਜ਼ ਮਾਫ਼ੀ, ਅੰਮ੍ਰਿਤਸਰ ਏਅਰਪੋਰਟ ਤੋਂ ਸਿੱਧੀ ਫਲਾਈਟ ਨੂੰ ਲੈ ਕੇ ਵੀ ਉਹਨਾਂ ਨੇ ਖੁੱਲ੍ਹ ਕੇ ਗੱਲਾਂ ਕੀਤੀਆਂ ਨੇ। ਜਿਹੜਾ ਘੁਟਾਲਾ ਵਾ ਉਹ ਘੁਟਾਲੇ ਬਾਰੇ ਵੀ ਤੁਹਾਡੇ ਨਾਲ ਜਿਹੜੀ ਸਾਂਝ ਆ ਉਹ ਪਾ ਲੈਂਦੇ ਕਿ ਆਖਿਰ ਕਿੱਡਾ ਵੱਡਾ ਘੁਟਾਲਾ ਹੋਇਆ। ਉਹ ਕਹਿ ਰਹੇ ਨੇ ਸੂਬੇ 'ਚ ਸਮਾਰਟ ਸਿਟੀ ਪ੍ਰੋਜੈਕਟ ਦੇ 70% ਫੰਡ ਵਿੱਚ ਵੱਡਾ ਘੁਟਾਲਾ, ਉਹ ਸੰਸਦ 'ਚ ਮੁੱਦਾ ਉਠਾਉਣਗੇ। ਦੈਨਿਕ ਜਾਗਰਣ ਦੇ ਪੱਤਰਕਾਰ ਜਗਜੀਤ ਸਿੰਘ ਸੁਸ਼ਾਂਤ ਉਹਨਾਂ ਨੂੰ ਦਿੱਤੀ ਇੰਟਰਵਿਊ 'ਚ ਉਹਨਾਂ ਕਿਹਾ ਕਿ ਸਮਾਰਟ ਸਿਟੀ ਪ੍ਰੋਜੈਕਟ 'ਚ ਹੋ ਰਹੀ ਗੜਬੜੀ ਦੀ ਵਿਜੀਲੈਂਸ ਜਾਂਚ ਦੀ ਉਹਨਾਂ ਨੇ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਪ੍ਰੋਜੈਕਟ ਲਈ ਆਏ ਫੰਡ 'ਚੋਂ 30% ਹੀ ਪੈਸਾ ਕੰਮ 'ਤੇ ਲੱਗ ਰਿਹਾ, ਜਦਕਿ 70% ਜਿਹੜਾ ਪੈਸਾ ਵਾ ਉਹ ਫੰਡ ਭ੍ਰਿਸ਼ਟਾਚਾਰ ਦੀ ਭੇਟ ਚੜ੍ਹ ਗਿਆ। ਇਸ ਦਾ ਇੱਕ ਕਾਰਨ ਹੈ ਕਿ ਸਮਾਰਟ ਸਿਟੀ ਪ੍ਰੋਜੈਕਟ ਦੀ ਨੋਡਲ ਏਜੰਸੀ ਨਗਰ ਨਿਗਮ ਅਤੇ ਲੋਕਲ ਬੋਡੀ ਸਰਕਾਰ ਹੈ। ਸੂਬਾ ਸਰਕਾਰ ਇਹਨਾਂ ਪ੍ਰੋਜੈਕਟਾਂ ਨੂੰ ਲੈ ਕੇ ਲਾਪਰਵਾਹ। ਉਹਨਾਂ ਕਿਹਾ ਕਿ ਪੰਜਾਬ 'ਚ ਕੇਵਲ ਅੰਮ੍ਰਿਤਸਰ ਰਹੀ ਹੀ ਨਹੀਂ, ਜਲੰਧਰ ਅਤੇ ਲੁਧਿਆਣਾ 'ਚ ਵੀ ਸਮਾਰਟ ਸਿਟੀ ਪ੍ਰੋਜੈਕਟ ਵੱਡੇ ਪੱਧਰ 'ਤੇ ਉਹਨਾਂ 'ਚ ਘਪਲੇ ਹੋਏ ਨੇ। ਉਹ ਮਾਮਲਾ ਸੰਸਦ 'ਚ ਬਜਟ ਅਜਲਾਸ ਦੌਰਾਨ ਵੀ ਉਠਾਉਣਗੇ। ਪੰਜਾਬ 'ਚ ਸਮਾਰਟ ਸਿਟੀ ਮਿਸ਼ਨ ਦੇ ਤਹਿਤ ਆਉਣ ਵਾਲੇ 3 ਸ਼ਹਿਰਾਂ ਦੇ ਸੰਸਦ ਇਸ ਨੂੰ ਲੈ ਕੇ ਉਹਨਾਂ ਕਿਹਾ ਕਿ ਇਕੱਠੇ ਨੇ, ਜਿਵੇਂ ਜਲੰਧਰ ਤੋਂ ਚਰਨਜੀਤ ਚੰਨੀ ਨੇ, ਲੁਧਿਆਣੇ ਤੋਂ ਰਾਜਾ ਅਮਰਿੰਦਰ ਸਿੰਘ ਵੜਿੰਗ ਨੇ, ਅਤੇ ਇਸ ਪ੍ਰੋਜੈਕਟ 'ਤੇ 3 ਜਿਹੜੇ ਸ਼ਹਿਰ ਕਵਰ ਹੁੰਦੇ ਸੀ, ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ। ਉਹਨਾਂ ਨੇ ਇਹ ਵੀ ਗੱਲਬਾਤ ਕਿਹਾ ਕਿ ਜਿਹੜੇ 3 ਵਾਰ MP ਬਣੇ ਨੇ ਗੁਰਜੀਤ ਸਿੰਘ ਔਜਲਾ, ਉਹਨਾਂ ਕਿਹਾ ਕਿ ਸਮਾਰਟ ਸਿਟੀ ਪ੍ਰੋਜੈਕਟ ਵਿੱਚ ਦੇਸ਼ ਭਰ ਦੇ 100 ਸ਼ਹਿਰਾਂ ਵਿੱਚ ਇਨਫਰਾਸਟ੍ਰਕਚਰ ਬਣਾਉਣ 'ਤੇ ਵੱਡਾ ਕੰਮ ਹੋ ਰਿਹਾ ਸੀ, ਪਰੰਤੂ ਪੰਜਾਬ 'ਚ ਸਾਰੇ ਪ੍ਰੋਜੈਕਟ ਪਲੈਨਿੰਗ, ਕੁਆਲਿਟੀ, ਟਾਈਮਿੰਗ ਦੇ ਹਿਸਾਬ ਤੋਂ ਦੇ ਮੁਕਾਬਲੇ ਪਿਛੜ ਗਏ ਨੇ। ਉਹਨਾਂ ਕਿਹਾ ਕਿ ਇਸ ਘੁਟਾਲੇ ਨੂੰ ਲੈ ਕੇ ਪਹਿਲਾਂ ਹੀ ਕੇਂਦਰੀ ਮੰਤਰੀ ਜਿਹੜੇ ਹਰਦੀਪ ਸਿੰਘ ਪੁਰੀ ਆ, ਉਹਨਾਂ ਨੂੰ ਸ਼ਿਕਾਇਤ ਕੀਤੀ ਸੀ। ਹੁਣ ਇੱਕ ਵਾਰ ਫਿਰ ਉਹਨਾਂ ਨੂੰ ਮਿਲ ਕੇ ਇਸ ਦੀ ਜਿਹੜੀ ਜਾਂਚ ਆ ਉਹ ਕਰਵਾਈ ਜਾਏਗੀ। ਔਜਲਾ ਨੇ ਵੀ ਕਿਹਾ ਕਿ ਆਉਣ ਵਾਲੇ ਸੰਸਦ ਵਿੱਚ ਪੰਜਾਬ ਦੀ ਕਰਜ਼ ਮਾਫ਼ੀ ਦੀ ਮੰਗ ਵੀ ਉਹ ਰੱਖਣਗੇ। ਪੰਜਾਬ ਇਸ ਸਮੇਂ ਆਰਥਿਕ ਸੰਕਟ ਵਿੱਚ ਹੈ। ਪੰਜਾਬ ਦੀ ਕਮਾਈ ਦਾ ਵੱਡਾ ਹਿੱਸਾ ਕਰਜ਼ ਦੇ ਵਿਆਜ ਦੇ ਰੂਪ ਵਿੱਚ ਹੀ ਜਾ ਰਿਹਾ। ਪੰਜਾਬ ਨੂੰ ਦੁਬਾਰਾ ਪਟੜੀ 'ਤੇ ਲਿਆਉਣ ਲਈ ਕਰਜ਼ ਮਾਫ਼ੀ ਜ਼ਰੂਰੀ ਹੈ। ਇਹ ਨਹੀਂ, ਉਹਨੇ ਕਿਹਾ ਪੰਜਾਬ ਦੇ ਵੱਖ ਵੱਖ ਪ੍ਰੋਜੈਕਟਾਂ ਅਤੇ ਸਕੀਮਾਂ ਦੇ ਨਾਲ ਜੁੜੇ ਅਤੇ ਲੰਮੇ ਸਮੇਂ ਤੋਂ ਰੁਕੇ ਫੰਡਾਂ ਦਾ ਮਾਮਲਾ ਵੀ ਕੇਂਦਰ ਸਰਕਾਰ ਦੇ ਸਾਹਮਣੇ ਰੱਖਣਗੇ ਅਤੇ ਜਲਦੀ ਹੀ ਉਹ ਮੁਲਾਕਾਤ ਵੀ ਕਰਨਗੇ। ਸੰਸਦ ਦੇ ਵਿੱਚ ਉਹਨਾਂ ਕਿਹਾ ਕਿ ਅੰਮ੍ਰਿਤਸਰ ਲਈ ਏਮਜ਼ ਵਰਗਾ ਮੈਡੀਕਲ ਇੰਸਟੀਚਿਊਟ, ਬਾਰਡਰ ਬੈਲਟ ਦੇ ਕਿਸਾਨਾਂ ਦੇ ਲਈ ਯੋਜਨਾ ਅਤੇ ਧੁੱਸੀ ਬੰਦ ਨੂੰ ਪੱਕਾ ਕਰਨ ਦਾ ਮੁੱਦਾ ਵੀ ਉਠਾਉਣਗੇ। ਅੱਪਰ ਬਾਰੀ ਦਬਾਬ ਨਹਿਰ ਦੀ ਸਫਾਈ ਅਤੇ ਉੱਥੋਂ ਜਿਹੜੀ ਆ ਗਾਰ ਕੱਢਣ ਵਾਸਤੇ ਵੀ 1700 ਕਰੋੜ ਰੁਪਏ ਦੀ ਮੰਗ ਰੱਖਣਗੇ। ਉਹਨਾਂ ਵੀ ਕਿਹਾ ਕਿ ਅੰਮ੍ਰਿਤਸਰ ਪਵਿੱਤਰ ਸ਼ਹਿਰ ਅਤੇ ਰੋਜ਼ਾਨਾ ਹਜ਼ਾਰਾਂ ਲੋਕ ਵਿਦੇਸ਼ ਤੋਂ ਆਉਂਦੇ ਨੇ, ਇਸ ਲਈ ਅੰਮ੍ਰਿਤਸਰ ਦੇ ਏਅਰਪੋਰਟ ਦੇ ਵਿਸਤਾਰ ਲਈ ਉਹ ਜ਼ਮੀਨ ਦੀ ਜ਼ਰੂਰਤ ਦਾ ਮੁੱਦਾ ਵੀ ਉਠਾਉਣਗੇ। ਔਰ ਅੰਮ੍ਰਿਤਸਰ ਏਅਰਪੋਰਟ ਤੋਂ ਕਈ ਦੇਸ਼ਾਂ ਦੀ ਸਿੱਧੀ ਫਲਾਈਟ ਸ਼ੁਰੂ ਕਰਵਾਉਣ ਦੇ ਨਾਲ ਨਾਲ ਥਾਈਲੈਂਡ, ਬਾਲੀ ਆਦਿ ਵਾਸਤੇ ਵੀ ਅੰਮ੍ਰਿਤਸਰ ਤੋਂ ਸਿੱਧੀ ਫਲਾਈਟ ਦੀ ਉਹ ਮੰਗ ਰੱਖਣਗੇ, ਤਾਂ ਜੋ ਉੱਥੋਂ ਵੀ ਜਿਹੜੇ ਨੇ ਸੈਲਾਨੀ ਆ ਸਕਣ। ਨੰਦੇੜ ਸਾਹਿਬ ਅਤੇ ਗੁਹਾਟੀ ਦੀ ਬੰਦ ਪਈ ਫਲਾਈਟ ਨੂੰ ਵੀ ਮੁੜ ਤੋਂ ਚਾਲੂ ਕਰਨ ਦੀ ਮੰਗ ਕਰਨਗੇ। ਉਹਨਾਂ ਕਿਹਾ ਕਿ ਰੋਜ਼ਾਨਾ ਲਗਭਗ 1 ਲੱਖ ਦੇ ਕਰੀਬ ਜਿਹੜੀ ਸੰਗਤ ਅਤੇ ਸ਼ਰਧਾਲੂ ਆਉਂਦੇ ਨੇ, ਉਹਨਾਂ ਲੈ ਕੇ ਅੰਮ੍ਰਿਤਸਰ 'ਚ ਇਨਫਰਾਸਟ੍ਰਕਚਰ ਡਿਵੈਲਪਮੈਂਟ ਦੇ ਸਵਾਲ 'ਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਦਰਬਾਰ ਸਾਹਿਬ ਦੀ ਚਾਰੋਂ ਦਿਸ਼ਾਵਾਂ ਜਿਹੜੀਆਂ ਨੇ ਉਹਨਾਂ ਨੂੰ ਚੌੜੀ ਸੜਕਾਂ,
10,000 ਗੱਡੀਆਂ ਦੀ ਪਾਰਕਿੰਗ, ਪਾਰਕਾਂ ਤੋਂ ਦਰਬਾਰ ਸਾਹਿਬ ਤੱਕ ਕੇਵਲ ਕਾਰ ਜਾਂ ਟਰਾਂਸਪੋਰਟ ਦੇ ਹੋਰ ਆਧੁਨਿਕ ਜਿਹੜੇ ਸਾਧਨ ਨੇ ਉਪਲਬਧ ਕਰਵਾਉਣ ਦੀ ਵੀ ਤਜਵੀਜ਼ ਹੈ। ਇਸ ਸੰਬੰਧ ਉਹ ਕੇਂਦਰੀ ਸੜਕ ਅਤੇ ਜਿਹੜੇ ਟਰਾਂਸਪੋਰਟ ਮੰਤਰੀ ਹੈ ਨਿਤਿਨ ਗਡਕਰੀ ਦੇ ਨਾਲ ਇੱਕ ਮੁਲਾਕਾਤ ਕਰ ਚੁੱਕੇ ਨੇ ਅਤੇ ਮੁੜ ਤੋਂ ਉਹ ਦੁਬਾਰਾ ਕਰਨਗੇ ਔਰ ਜਲਦੀ ਹੀ ਡਿਟੇਲ ਪ੍ਰੋਜੈਕਟ ਰਿਪੋਰਟ ਤਿਆਰ ਕਰਕੇ ਦੁਬਾਰਾ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਨਾਲ ਮੁਲਾਕਾਤ ਕਰਨਗੇ। ਉਹਨਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸ ਤਜਵੀਜ਼ ਨੂੰ ਲੈ ਕੇ ਬੜੀ ਸਰਗਰਮੀ ਕਰ ਰਹੀ ਹੈ ਅਤੇ ਇਕੱਠੇ ਮਿਲ ਕੇ ਵੀ ਇਹ ਜਿਹੜੀ ਆ ਇਹ ਸੈਂਟਰ ਦੇ ਵਜ਼ੀਰਾਂ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ। ਉਹਨਾਂ ਨੇ ਵੀ ਕਿਹਾ ਕਿ ਅੰਮ੍ਰਿਤਸਰ ਦੇ ਵਿੱਚ ਪਾਰਟੀ ਦੇ ਚਰਚਿਤ ਨੇਤਾ ਨਵਜੋਤ ਸਿੰਘ ਸਿੱਧੂ ਦੀ ਵੀ ਜਿਹੜੀ ਕਮੀ ਜਿਹੜੀ ਆ ਘਾਟ ਦੇਖਣ ਦੇ ਮਸਲੇ ਵਿੱਚ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਉਹ ਪਾਰਟੀ ਦੇ ਸੀਨੀਅਰ ਨੇਤਾ ਨੇ ਜਿਨ੍ਹਾਂ ਨੇ ਅੰਮ੍ਰਿਤਸਰ 'ਚ ਇੰਨਾ ਕੰਮ ਕੀਤਾ ਉਹਨਾਂ ਦੀ ਘਾਟ ਤਾਂ ਰੜਕਦੀ ਹੀ ਰਹੇਗੀ। ਹਾਲਾਂਕਿ ਉਹਨਾਂ ਨੇ ਕਿਹਾ ਕਿ ਪਾਰਟੀ ਵਰਕਰ ਮਜ਼ਬੂਤ ਹੈ ਅਤੇ ਉਹਨਾਂ ਨੂੰ 3 ਵਾਰ ਉਹਨਾਂ ਨੂੰ ਉੱਥੋਂ ਜਿੱਤ ਮਿਲੀ ਹੈ। ਪਿਛਲੇ ਸਮੇਂ ਦੌਰਾਨ ਕੀਤੇ ਕਾਰਜਾਂ 'ਤੇ ਚਰਚਾ ਕਰਦੇ ਹੋਏ ਕਿਹਾ ਕਿ ਐਕਸਪ੍ਰੈਸਵੇ, ਰਿੰਗ ਰੋਡ, ਰੇਲਵੇ ਸਟੇਸ਼ਨ ਦਾ ਵਿਸਤਾਰ, ਕਾਰਗੋ ਰੇਲਵੇ ਸਟੇਸ਼ਨ, ਸੋਫਟਵੇਅਰ ਪਾਰਕ ਵਰਗੇ ਪ੍ਰਮੁੱਖ ਕੰਮ ਕਰਵਾਏ ਨੇ। ਧੁੱਸੀ ਬੰਦ ਨੂੰ ਮਜ਼ਬੂਤ ਕਰਵਾਇਆ, ਅਜਨਾਲਾ ਤੱਕ ਸੜਕ 4 ਲੇਨ ਹੋਈ ਹੈ, ਸਕੂਲਾਂ ਅਤੇ ਹਸਪਤਾਲਾਂ ਦਾ ਇਨਫਰਾਸਟ੍ਰਕਚਰ ਵੀ ਮਜ਼ਬੂਤ ਹੈ। ਉਹਨਾਂ ਨੇ ਸਰਕਾਰ 'ਤੇ ਵੀ ਟਿੱਪਣੀ ਕਰਦੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ 2.5 ਸਾਲ ਦੇ ਕਾਰਜਕਾਲ ਦੇ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਲੋਕ ਜਿੰਨੀ ਉਮੀਦ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਏ ਸੀ ਹੁਣ ਉਹ ਜ਼ਿਆਦਾ ਪਰੇਸ਼ਾਨ ਹੈ। ਸਰਕਾਰ ਪਰਫੋਰਮ ਨਹੀਂ ਕਰ ਪਈ, ਮੁੱਖ ਮੰਤਰੀ ਧਿਆਨ ਕੇਵਲ ਭਾਸ਼ਣਬਾਜ਼ੀ ਤੱਕ ਹੀ ਆ, ਰਾਜ 'ਤੇ ਕੋਈ ਫੋਕਸ ਨਹੀਂ ਹੈ। 2 ਸਾਲ ਵਿੱਚ NOC ਨਹੀਂ ਮਿਲ ਰਹੀ ਔਰ ਬਿਜਲੀ ਦੇ ਕੱਟ ਲੱਗ ਰਹੇ ਨੇ, ਕਣਕ ਦੇ ਜਿਹੜੀ ਆ ਉਹ 30 ਕਿਲੋ ਤੋਂ ਘਟਾ ਕੇ 5 ਕਿਲੋ ਰਹਿ ਗਈ ਆ, ਕਾਨੂੰਨ ਵਿਵਸਥਾ ਵਿਗੜ ਚੁੱਕੀ ਹੈ, ਨਾ ਲੋਕਲ ਬਾਡੀ ਨਾ ਹੀ ਪੰਚਾਇਤ ਦੇ ਇਲੈਕਸ਼ਨ ਹੋ ਰਹੇ ਨੇ, ਜਿਸ ਤੋਂ ਸਾਫ਼ ਹੈ ਕਿ ਸਰਕਾਰ ਆਪਣੀ ਹਾਰ ਮੰਨ ਚੁੱਕੀ ਆ। ਜਲੰਧਰ ਵੈਸਟ ਜਿਮਨੀ ਚੋਣ ਦੇ ਮਸਲੇ 'ਚ ਉਹਨਾਂ ਕਿਹਾ ਕਈ ਦਿਨਾਂ ਦੇ ਪ੍ਰਚਾਰ ਕਰਨ ਲਈ ਗੁਰਜੀਤ ਸਿੰਘ ਔਜਲਾ ਕਿਹਾ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਅਤੇ ਉਹਨਾਂ ਦਾ ਪੂਰਾ ਪਰਿਵਾਰ ਪ੍ਰਚਾਰ ਮੁਹਿੰਮ 'ਚ ਲੱਗਾ, ਉਸ ਤੋਂ ਸਾਫ਼ ਹੈ ਕਿ ਸਰਕਾਰ ਨੂੰ ਹਾਰ ਨਜ਼ਰ ਆ ਰਹੀ। ਉਹਨਾਂ ਕਿਹਾ ਕਿ ਭਗਵੰਤ ਮਾਨ ਨੇ ਜਲੰਧਰ ਵਿੱਚ ਘਰ ਵੀ ਬਣਾਇਆ ਲੇਕਿਨ ਲੋਕਾਂ ਦੇ ਦਿਲਾਂ ਵਿੱਚ ਉਹ ਘਰ ਨਹੀਂ ਬਣਾ ਸਕੇ। ਉਹਨਾਂ ਇਹ ਵੀ ਕਿਹਾ ਕਿ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਦੇ ਲੋਕ ਸਭਾ ਮੈਂਬਰ ਬਣਨ ਦੇ ਸਵਾਲ ਦੇ ਜਵਾਬ 'ਚ ਉਹਨਾਂ ਕਿਹਾ ਕਿ ਸਾਡੇ ਦੇਸ਼ ਦੇ ਸੰਵਿਧਾਨ ਦੀ ਖੂਬਸੂਰਤੀ ਹੈ ਕਿ ਸੰਸਦ ਬਣਨ ਦਾ ਮੌਕਾ ਮਿਲ ਰਿਹਾ। ਹੁਣ ਜਦ ਵਰਗਾਂ ਦੇ ਆਧਾਰ 'ਤੇ, ਧਰਮ ਦੇ ਆਧਾਰ 'ਤੇ ਰਾਜਨੀਤੀ ਹੁੰਦੀ ਹੈ ਤਾਂ ਜਿਵੇਂ ਹੁੰਦਾ ਇਹਦੀ ਕਹਿ ਰਹੇ ਸ਼ੁਰੂਆਤ ਆ ਉਹ ਭਾਰਤੀ ਜਨਤਾ ਪਾਰਟੀ ਨੇ ਕੀਤੀ ਹੈ, ਅਤੇ ਇੱਕ ਵਰਗ ਵਿਸ਼ੇਸ਼ ਦੀ ਰਾਜਨੀਤੀ ਨੂੰ ਅੱਗੇ ਵਧਾਇਆ ਜਿਸ ਨਾਲ ਦੂਸਰੇ ਵਰਗ ਨੂੰ ਵੀ ਅਜਿਹਾ ਕਰਨ ਦਾ ਮੌਕਾ ਮਿਲਿਆ, ਇਸ ਵਿੱਚ ਗਲਤ ਗਿਆ। ਉਹਨਾਂ ਕਿਹਾ ਕਿ ਜਦ ਭਾਜਪਾ ਹੀ ਧਰਮ ਦੇ ਨਾਮ 'ਤੇ ਵੋਟਾਂ ਮੰਗ ਰਹੀ ਆ ਫਿਰ ਦੂਸਰੇ ਵੀ ਅਜਿਹਾ ਕਰ ਸਕਦੇ ਨੇ। ਇਹ ਗੁਰਜੀਤ ਸਿੰਘ ਔਜਲਾ ਹੋਣਾ ਦੀ ਇੱਕ ਇੰਟਰਵਿਊ ਆ ਜਿਹੜੀ ਹਿੰਦੀ ਪੇਪਰ ਦੈਨਿਕ ਜਾਗਰਣ ਛਪੀ ਆ, ਜਿਹਦੇ 'ਚ ਉਹਨਾਂ ਨੇ ਇਲਜ਼ਾਮ ਲਗਾਏ ਨੇ ਕਿ ਸੂਬੇ ਅੰਦਰ ਸਮਾਰਟ ਸਿਟੀ ਪ੍ਰੋਜੈਕਟ ਦੇ 70% ਫੰਡ 'ਚ ਇੱਕ ਵੱਡਾ ਘੁਟਾਲਾ ਹੋਇਆ। ਇਹ ਜਿਹੜੇ ਇਲਜ਼ਾਮ ਨੇ ਉਹ ਉਹਨਾਂ ਨੇ ਇੱਕ ਇੰਟਰਵਿਊ ਦੇ ਦੌਰਾਨ ਲਾਏ ਨੇ।